हरियाणा विधानसभा ਚੋਣਾਂ ਦੇ ਨਤੀਜੇ ਆ ਰਹੇ ਨੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ ਇਸ ਚੋਣ ਵਿੱਚ ਸੱਤਾਧਾਰੀ ਪਾਸ਼ਪਨ ਉਮੀਦ ਹੈ ਕਿ ਉਹ ਸਤਾ ਦੀ ਹੈਟ੍ਰਿਕ ਹਾਸਲ ਕਰਨ ਵਿੱਚ ਸਫਲ ਰਹੇਗੀ ਜਦਕਿ ਐਗਜ਼ਿਟ ਪੋਲ ਦੇ ਅਨੁਮਾਨ ਕਾਂਗਰਸ ਦੇ ਹੱਕ ਵਿੱਚ ਨੇ ਐਗਜ਼ਿਟ ਪੋਲ ਸਰਵੇ ਤੋਂ ਉਤਸ਼ਾਹਿਤ ਕਾਂਗਰਸ ਪਾਰਟੀ 10 ਸਾਲਾਂ ਬਾਅਦ ਸਤਾ ਚ ਵਾਪਸੀ ਦੀ ਉਮੀਦ ਕਰ ਰਹੀ ਹੈ ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਇੱਕ ਦਿਨ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸਨ ਹਰਿਆਣਾ ਵਿੱਚ ਸ਼ੁਰੂਆਤੀ ਰੋਜ਼ਾਨਾ ਵਿੱਚ ਜੀ ਜੀ ਪੀ ਅਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਖੁੱਲਦਾ ਨਜ਼ਰ ਨਹੀਂ ਆ ਰਿਹਾ ਇਸ ਵਾਰ ਜੀਜੀਪੀ ਨੇ ਚੰਦਰਸ਼ੇਖਰ ਆਜ਼ਾਦ ਨਾਲ ਮਿਲ ਕੇ ਚੋਣ ਲੜੀ ਸੀ ਸ਼ੁਰੂਆਤੀ ਰੋਜ਼ਾਨਾ ਵਿੱਚ ਕਾਂਗਰਸ ਨੇ ਬਹੁਮਤ ਦੇ ਅੰਕੜੇ ਨੂੰ ਛੂ ਲਿਆ ਕਾਂਗਰਸ 48 ਸੀਟਾਂ ਦੇ ਅੱਗੇ ਜਦਕਿ ਭਾਜਪਾ 23 ਸੀਟਾਂ ਤੇ ਅੱਗੇ ਹੈ ਜਦਕਿ ਇਨੈਲੋ 2 ਸੀਟਾਂ ਤੇ ਅੱਗੇ ਦੋਸਤ ਚੰਤ ਚੋਟਾਲਾ ਪਿੱਛੇ ਚੱਲ ਰਹੇ ਨੇ ਹਰਿਆਣਾ 'ਚ ਸ਼ੁਰੂਆਤੀ ਰੋਜ਼ਾਨਾ 'ਚ ਕਾਂਗਰਸ 17 ਸੀਟਾਂ ਤੇ ਅੱਗੇ ਜਦਕਿ ਭਾਜਪਾ 5 ਸੀਟਾਂ ਤੇ ਅੱਗੇ ਹੁਣ ਪੋਸਟਲ 벨ਟ ਦੀ ਗਿਣਤੀ ਕੀਤੀ ਜਾ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਹਰਿਆਣਾ ਦੇ ਮੁੱਖ ਮੰਤਰੀ ਅਤੇ ਲਾੜਵਾ ਵਿਧ ਕੇ ਤੋਂ ਪਾਸ਼ਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਕਿਹਾ ਪਾਸ਼ਪਾ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਪਾਸ਼ਪਾ ਨੇ ਸਮਾਜ ਦੇ ਸਾਰੇ ਵਰਗਾਂ ਲਈ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਸਰਕਾਰ ਹਰਿਆਣਾ ਦੇ ਵਿਕਾਸ ਲਈ ਕੰਮ ਕਰਦੀ ਰਹੇਗੀ ਅਤੇ ਹਰਿਆਣਾ ਵਿੱਚ ਤੀਜੀ ਵਾਰ ਪਾਸ਼ਪਾ ਦੀ ਸਰਕਾਰ ਬਣੇਗੀ ਪਾਸ਼ਪਾ ਨੇ ਇਮਾਨਦਾਰੀ ਨਾਲ ਕੰਮ ਕੀਤਾ ਜਦ ਕਿ ਕਾਂਗਰਸ ਨੇ ਬਹੁਤ ਭ੍ਰਿਸ਼ਟਾਚਾਰ ਕੀਤਾ ਹਰਿਆਣਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਕਾਂਗਰਸੀ ਆਗੂ ਵਿਨੇਸ਼ ਫੋਗਾਟ ਸਾਲਾਸਰ ਬਾਲਾਜੀ ਪਹੁੰਚ ਗਏ ਉਹ ਜ਼ੀਨਦ ਜ਼ਿਲੇ ਦੀ ਦੁਲਾਨਾ ਵਿਧਾਨ ਸਭਾ ਸੀਟ ਤੋਂ ਕਿਸਮਤ ਅਜ਼ਮਾਰੀ ਹੈ ਵਿਨੇਸ਼ ਫੋਗੜ ਦਾ ਸੌਰਾਕਰ ਦੁਲਾਨਾ ਦੇ ਵਕਤਾ ਖੇੜਾ ਚ ਹੈ ਪੰਚਕੂਲਾ ਤੋਂ ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਨੇ ਕਿਹਾ ਆਪਨੇ ਸਿਰਫ ਦਿਖਾਵੇ ਲਈ ਚੋਣਾਂ ਲੜੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਸੀਟ ਜਿੱਤ ਸਕੇਗੀ ਚੋਣ ਇੱਕ ਚੋਣ ਹੁੰਦੀ ਹੈ ਹਰ ਪਾਰਟੀ ਜਿੱਤਣ ਲਈ ਹੀ ਚੋਣ ਲੜਦੀ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਦਾਅਵਾ ਕੀਤਾ ਕਿ ਭਾਜਪਾ ਆਪਣੇ ਦਮ ਤੇ ਸਰਕਾਰ ਬਣਾਏਗੀ ਉਹਨਾਂ ਕਹਾਂਗੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਗੱਠ ਚੋੜ ਦੀ ਲੋੜ ਨਹੀਂ ਪਵੇਗੀ ਮੈਂ ਸ਼ੁਰੂ ਤੋਂ ਹੀ ਕਿਹਾ ਕਿ ਭਾਜਪਾ ਇਕੱਲੀ ਸਰਕਾਰ ਬਣਾਏਗੀ ਸਾਡੇ ਕੋਲ ਸਾਰੇ ਪ੍ਰਬੰਧ ਨੇ ਮੈਨੂੰ ਪ੍ਰੋਸਾ ਹੈ ਕਿ ਭਾਜਪਾ ਇਕੱਲੀ ਹੀ ਸਰਕਾਰ ਬਣਾਏਗੀ ਅਰ ਜੇਕਰ ਸਾਨੂੰ ਇਸ ਘਟ ਛੋੜ ਦੀ ਲੋੜ ਪਈ ਤਾਂ ਅਸੀਂ ਇਸ ਤੇ ਵਿਚਾਰ ਕਰਾਂਗੇ ਸਾਡੇ ਕੋਲ ਸਾਰੇ ਪ੍ਰਬੰਧ ਨੇ ਇਸ ਵਾਰ ਚੋਣਾਂ ਵਿੱਚ ਮੁੱਖ ਮੁਕਾਬਲਾ ਪਾਸ਼ਪਾਤੇ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪਾਸ਼ਪਾਤੇ ਕਾਂਗਰਸ ਵਿਚਾਲੇ ਇਹ ਪਹਿਲਾ ਸਿੱਧਾ ਵੱਡਾ ਮੁਕਾਬਲਾ ਜੋ ਵੀ ਪਾਰਟੀਆਂ ਚੋਣ ਦੇ ਹੱਕ ਵਿੱਚ ਨਤੀਜੇ ਪ੍ਰਾਪਤ ਕਰਦੀ ਹੈ ਉਹ ਕਈ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਲਈ ਇਸ ਦੀ ਵਰਤੋਂ ਕਰੇਗੀ ਹਰਿਆਣਾ ਚ ਮੁਕਾਬਲਾ ਪਾਸ਼ਪਾਤੇ ਕਾਂਗਰਸ ਵਿਚਾਲੇ ਹੋ ਸਕਦਾ ਪਰ ਹੋਰ ਵੀ ਕਈ ਪਾਰਟੀਆਂ ਨੇ ਜੋ ਪੂਰੇ ਜਰਨਲ ਮੈਦਾਨ ਚ ਉਤਰਿਆ ਨੇ ਇਹਨਾਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਵੀ ਹੈ ਜਿਸ ਦਾ बसपा ਨਾਲ ਗੱਠ ਜੋੜ ਹੈ ਇਸ ਦੇ ਨਾਲ ਹੀ ਦੂਸ਼ਜੰਤ ਚਟਾਲਾ ਦੀ ਅਗਵਾਈ ਵਾਲੀ ਜੀਜੀਪੀਏ ਜਿਸ ਦਾ ਗੱਠ ਜੋੜ ਆਜ਼ਾਦ ਸਮਾਜ ਪਾਰਟੀ ਨਾਲ ਹੈ 2019 ਦੀਆਂ ਚੋਣਾਂ ਵਿੱਚ ਪਾਸਪਾ ਨੇ ਜੀਜੀਪੀ ਨਾਲ ਮਿਲ ਕੇ ਸਰਕਾਰ ਬਣਾਈ ਸੀ ਅਤੇ ਦੂਸ਼ਜੰਤ ਚਟਾਲਾ ਉਪ ਮੁੱਖ ਮੰਤਰੀ ਬਣੇ ਸਨ ਹਾਲਾਂਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਅਤੇ ਜੀਜੀਪੀ ਵੱਖ ਹੋ ਗਏ ਸਨ 90 ਸੀਟਾਂ ਲਈ 1000 ਤੋਂ ਵੱਧ ਉਮੀਦਵਾਰ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਲਈ 1031 ਉਮੀਦਵਾਰ ਮੈਦਾਨ ਵਿੱਚ ਸਨ ਇਹਨਾਂ ਜੇ 466 ਆਜ਼ਾਦ ਅਤੇ 101 ਮਹਿਲਾ ਉਮੀਦਵਾਰ ਨੇ ਇਸ ਵਾਰ ਸੁੱਬੇ ਚਕਰੀਬ 67% ਦੀ VOTING ਦਰਜ ਕੀਤੀ ਗਈ ਹੈ 87 ਹਲਕਿਆਂ ਲਈ ਇੱਕ ਇੱਕ ਗਿਣਤੀ ਕੇਂਦਰ ਅਤੇ ਬਾਦਸ਼ਾਹਪੁਰ ਗੁਰੂਗ੍ਰਾਮ ਅਤੇ ਪਟੋਦੀ ਵਿਧਾਨ ਸਭਾ ਸੀਟਾਂ ਲਈ ਦੋ ਦੋ ਗਿਣਤੀ ਕੇਂਦਰ ਨੇ